ਜੋ ਅੱਜ ਰਾਸ਼ਟਰੀ ਗਾਨ ਦਿਨਾਂ ਸ਼ਹਿਰ ਵਿੱਚ ਆਪਣੀ ਸਟੇਜ 'ਤੇ ਗਾਇਆ, ਉਹ ਐਕਚੁਲੀ ਮੈਂ ਬਿਲਕੁਲ ਠੀਕ ਗਾਇਆ, ਪਰ ਮੇਰੀ ਸਿਹਤ ਠੀਕ ਨਹੀਂ ਸੀ। ਯਕਦਮ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਵਾ ਨਹੀਂ ਆਉਂਦਾ, ਉਹਦਾ ਚੱਕਰ ਜਿਹਾ ਆ ਗਿਆ। ਆਪਣੇ ਮੈਂ ਠੀਕ ਗਾ ਰਿਹਾ ਸੀ, ਪਰ ਅਚਾਨਕ ਮੇਰੀ ਜਵਾਨ ਜਿਹੜੀ ਆ ਉਹ ਲੜਖੜਾ ਗਈ। ਇਸ ਕਰਕੇ ਮੇਰਾ ਰਾਸ਼ਟਰਵਾਦ ਅਤੇ ਰਾਸ਼ਟਰਪਤੀ ਮੇਰੇ ਮਨ 'ਚ ਪੂਰੀ ਭਾਵਨਾ ਅਤੇ ਮਾਨ ਸਨਮਾਨ ਆ। ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰੱਖ ਰਹੇ ਆ, ਉਹਨਾਂ ਦੀ ਆਪਣੀ ਗਲਤ ਸੋਚ ਆ। ਉਹਨਾਂ 'ਤੇ ਆਪ ਰਾਸ਼ਟਰੀ ਗਾਣਾ ਨਹੀਂ ਆਉਂਦਾ, ਮੇਰੇ ਕੋਲ ਅੱਜ ਰਾਸ਼ਟਰੀ ਗਾਣਾ ਦੁਬਾਰਾ ਸੁਣ ਲਓ ਅਤੇ ਮੈਨੂੰ ਰਾਸ਼ਟਰੀ ਗਾਣਾ ਸਾਰਾ ਆਉਂਦਾ। ਅਚਾਨਕ ਮੇਰੀ ਸਿਹਤ ਲੜਖੜਾ ਗਾਣ ਨਾਲ ਮੈਨੂੰ ਥੋੜ੍ਹੀ ਇਹ ਪ੍ਰੋਬਲਮ ਆਈ ਆ। ਉੱਦਾਂ ਮੈਂ ਰਾਸ਼ਟਰਵਾਦ ਦਾ ਪੂਰਾ ਜਿਹੜਾ ਉਹ ਮਾਨ ਸਨਮਾਨ ਕਰਨਾ, ਰਾਸ਼ਟਰ ਗਾਣ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ। ਮੈਂ ਕਈ ਸਟੇਜਾਂ 'ਤੇ ਗਾਇਆ, ਇਹ ਨਹੀਂ ਵੀ ਇੱਥੇ ਪਹਿਲੀ ਸਟੇਜ 'ਤੇ ਕੀਤਾ, ਕਈ ਆਪਣੇ ਲੋਕਲ ਲੈਵਲ 'ਤੇ ਨਹੀਂ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਅੱਜ ਸੇਵਾ ਜਿਹੜੀ ਆ ਉਹ ਸਮਾਜ ਪ੍ਰਤੀ ਨਿਭਾ ਰਿਹਾ। ਇਹ ਜਿਹੜੀ ਇਸ਼ੂ ਬਣਾ ਰਿਹਾ ਇਹ ਗਲਤ ਸੋਚ ਰੱਖ ਬਣਾ ਰਿਹਾ, ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ, ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੀ ਆ ਸਮਰਪਿਤ ਹੁੰਦਾ ਹੋਏ ਉਹਨਾਂ ਕੋਲ ਮਾਫ਼ੀ ਮੰਗਦਾ ਹਾਂ। ਜੋ ਅੱਜ ਰਾਸ਼ਟਰੀ ਗਾਨ ਦਿਨਾਂ ਸ਼ਹਿਰ ਵਿੱਚ ਆਪਣੀ ਸਟੇਜ 'ਤੇ ਗਾਇਆ, ਉਹ ਐਕਚੁਲੀ ਮੈਂ ਬਿਲਕੁਲ ਠੀਕ ਗਾਇਆ, ਪਰ ਮੇਰੀ ਸਿਹਤ ਠੀਕ ਨਹੀਂ ਸੀ। ਯਕਦਮ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਵਾ ਨਹੀਂ ਆਉਂਦਾ, ਉਹਦਾ ਚੱਕਰ ਜਿਹਾ ਆ ਗਿਆ। ਆਪਣੇ ਮੈਂ ਠੀਕ ਗਾ ਰਿਹਾ ਸੀ, ਪਰ ਅਚਾਨਕ ਮੇਰੀ ਜਵਾਨ ਜਿਹੜੀ ਆ ਉਹ ਲੜਖੜਾ ਗਈ। ਇਸ ਕਰਕੇ ਮੇਰਾ ਰਾਸ਼ਟਰਵਾਦ ਅਤੇ ਰਾਸ਼ਟਰਪਤੀ ਮੇਰੇ ਮਨ 'ਚ ਪੂਰੀ ਭਾਵਨਾ ਅਤੇ ਮਾਨ ਸਨਮਾਨ ਆ। ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰੱਖ ਰਹੇ ਆ, ਉਹਨਾਂ ਦੀ ਆਪਣੀ ਗਲਤ ਸੋਚ ਆ। ਉਹਨਾਂ 'ਤੇ ਆਪ ਰਾਸ਼ਟਰੀ ਗਾਣਾ ਨਹੀਂ ਆਉਂਦਾ, ਮੇਰੇ ਕੋਲ ਅੱਜ ਰਾਸ਼ਟਰੀ ਗਾਣਾ ਦੁਬਾਰਾ ਸੁਣ ਲਓ ਅਤੇ ਮੈਨੂੰ ਰਾਸ਼ਟਰੀ ਗਾਣਾ ਸਾਰਾ ਆਉਂਦਾ। ਅਚਾਨਕ ਮੇਰੀ ਸਿਹਤ ਲੜਖੜਾ ਗਾਣ ਨਾਲ ਮੈਨੂੰ ਥੋੜ੍ਹੀ ਇਹ ਪ੍ਰੋਬਲਮ ਆਈ ਆ। ਉੱਦਾਂ ਮੈਂ ਰਾਸ਼ਟਰਵਾਦ ਦਾ ਪੂਰਾ ਜਿਹੜਾ ਉਹ ਮਾਨ ਸਨਮਾਨ ਕਰਨਾ, ਰਾਸ਼ਟਰ ਗਾਨ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ। ਮੈਂ ਕਈ ਸਟੇਜਾਂ 'ਤੇ ਗਾਇਆ, ਇਹ ਨਹੀਂ ਵੀ ਇੱਥੇ ਪਹਿਲੀ ਸਟੇਜ 'ਤੇ ਕੀਤਾ, ਕਈ ਆਪਣੇ ਲੋਕਲ ਲੈਵਲ 'ਤੇ ਨਹੀਂ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਅੱਜ ਸੇਵਾ ਜਿਹੜੀ ਆ ਉਹ ਸਮਾਜ ਪ੍ਰਤੀ ਨਿਭਾ ਰਿਹਾ। ਇਹ ਜਿਹੜੀ ਇਸ਼ੂ ਬਣਾ ਰਿਹਾ ਇਹ ਗਲਤ ਸੋਚ ਰੱਖ ਬਣਾ ਰਿਹਾ, ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ, ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੀ ਆ ਸਮਰਪਿਤ ਹੁੰਦਾ ਹੋਏ ਉਹਨਾਂ ਕੋਲ ਮਾਫ਼ੀ ਮੰਗਦਾ ਹਾਂ। ਜੋ ਅੱਜ ਰਾਸ਼ਟਰੀ ਗਾਨ ਦਿਨਾਂ ਸ਼ਹਿਰ ਵਿੱਚ ਆਪਣੀ ਸਟੇਜ 'ਤੇ ਗਾਇਆ, ਉਹ ਐਕਚੁਲੀ ਮੈਂ ਬਿਲਕੁਲ ਠੀਕ ਗਾਇਆ, ਪਰ ਮੇਰੀ ਸਿਹਤ ਠੀਕ ਨਹੀਂ ਸੀ। ਯਕਦਮ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਵਾ ਨਹੀਂ ਆਉਂਦਾ, ਉਹਦਾ ਚੱਕਰ ਜਿਹਾ ਆ ਗਿਆ। ਆਪਣੇ ਮੈਂ ਠੀਕ ਗਾ ਰਿਹਾ ਸੀ, ਪਰ ਅਚਾਨਕ ਮੇਰੀ ਜਵਾਨ ਜਿਹੜੀ ਆ ਉਹ ਲੜਖੜਾ ਗਈ। ਇਸ ਕਰਕੇ ਮੇਰਾ ਰਾਸ਼ਟਰਵਾਦ ਅਤੇ ਰਾਸ਼ਟਰਪਤੀ ਮੇਰੇ ਮਨ 'ਚ ਪੂਰੀ ਭਾਵਨਾ ਅਤੇ ਮਾਨ ਸਨਮਾਨ ਆ। ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰੱਖ ਰਹੇ ਆ, ਉਹਨਾਂ ਦੀ ਆਪਣੀ ਗਲਤ ਸੋਚ ਆ। ਉਹਨਾਂ 'ਤੇ ਆਪ ਰਾਸ਼ਟਰੀ ਗਾਣਾ ਨਹੀਂ ਆਉਂਦਾ, ਮੇਰੇ ਕੋਲ ਅੱਜ ਰਾਸ਼ਟਰੀ ਗਾਣਾ ਦੁਬਾਰਾ ਸੁਣ ਲਓ ਅਤੇ ਮੈਨੂੰ ਰਾਸ਼ਟਰੀ ਗਾਣਾ ਸਾਰਾ ਆਉਂਦਾ। ਅਚਾਨਕ ਮੇਰੀ ਸਿਹਤ ਲੜਖੜਾ ਗਾਣ ਨਾਲ ਮੈਨੂੰ ਥੋੜ੍ਹੀ ਇਹ ਪ੍ਰੋਬਲਮ ਆਈ ਆ। ਉੱਦਾਂ ਮੈਂ ਰਾਸ਼ਟਰਵਾਦ ਦਾ ਪੂਰਾ ਜਿਹੜਾ ਉਹ ਮਾਨ ਸਨਮਾਨ ਕਰਨਾ, ਰਾਸ਼ਟਰ ਗਾਨ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ। ਮੈਂ ਕਈ ਸਟੇਜਾਂ 'ਤੇ ਗਾਇਆ, ਇਹ ਨਹੀਂ ਵੀ ਇੱਥੇ ਪਹਿਲੀ ਸਟੇਜ 'ਤੇ ਕੀਤਾ, ਕਈ ਆਪਣੇ ਲੋਕਲ ਲੈਵਲ 'ਤੇ ਨਹੀਂ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਅੱਜ ਸੇਵਾ ਜਿਹੜੀ ਆ ਉਹ ਸਮਾਜ ਪ੍ਰਤੀ ਨਿਭਾ ਰਿਹਾ। ਇਹ ਜਿਹੜੀ ਇਸ਼ੂ ਬਣਾ ਰਿਹਾ ਇਹ ਗਲਤ ਸੋਚ ਰੱਖ ਬਣਾ ਰਿਹਾ, ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ, ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੀ ਆ ਸਮਰਪਿਤ ਹੁੰਦਾ ਹੋਏ ਉਹਨਾਂ ਕੋਲ ਮਾਫ਼ੀ ਮੰਗਦਾ ਹਾਂ। ਜੋ ਅੱਜ ਰਾਸ਼ਟਰੀ ਗਾਨ ਦਿਨਾਂ ਸ਼ਹਿਰ ਵਿੱਚ ਆਪਣੀ ਸਟੇਜ 'ਤੇ ਗਾਇਆ, ਉਹ ਐਕਚੁਲੀ ਮੈਂ ਬਿਲਕੁਲ ਠੀਕ ਗਾਇਆ, ਪਰ ਮੇਰੀ ਸਿਹਤ ਠੀਕ ਨਹੀਂ ਸੀ। ਯਕਦਮ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਵਾ ਨਹੀਂ ਆਉਂਦਾ, ਉਹਦਾ ਚੱਕਰ ਜਿਹਾ ਆ ਗਿਆ। ਆਪਣੇ ਮੈਂ ਠੀਕ ਗਾ ਰਿਹਾ ਸੀ, ਪਰ ਅਚਾਨਕ ਮੇਰੀ ਜਵਾਨ ਜਿਹੜੀ ਆ ਉਹ ਲੜਖੜਾ ਗਈ। ਇਸ ਕਰਕੇ ਮੇਰਾ ਰਾਸ਼ਟਰਵਾਦ
ਅਤੇ ਰਾਸ਼ਟਰਪਤੀ ਮੇਰੇ ਮਨ 'ਚ ਪੂਰੀ ਭਾਵਨਾ ਅਤੇ ਮਾਣ ਸਨਮਾਨ ਆ। ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰੱਖ ਰਹੇ ਆ, ਉਹਨਾਂ ਦੀ ਆਪਣੀ ਗਲਤ ਸੋਚ ਆ। ਉਹਨਾਂ 'ਤੇ ਆਪ ਰਾਸ਼ਟਰੀਗਾਨ ਨਹੀਂ ਆਉਂਦਾ, ਮੇਰੇ ਕੋਲ ਅੱਜ ਰਾਸ਼ਟਰੀਗਾਨ ਦੁਆਰਾ ਸੁਣ ਲਓ ਅਤੇ ਮੈਨੂੰ ਰਾਸ਼ਟਰੀਗਾਨ ਸਾਰਾ ਆਉਂਦਾ। ਅਚਾਨਕ ਮੇਰੀ ਸਿਹਤ ਲੜਖੜ ਕਾਰਨ ਮੈਨੂੰ ਥੋੜ੍ਹੀ ਇਹ ਪ੍ਰੋਬਲਮ ਆਈ ਆ। ਉੱਦਾਂ ਮੈਂ ਰਾਸ਼ਟਰਵਾਦ ਦਾ ਪੂਰਾ ਜਿਹੜਾ ਉਹ ਮਾਣ ਸਨਮਾਨ ਕਰਨਾ, ਰਾਸ਼ਟਰਗਾਨ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ। ਮੈਂ ਕਈ ਸਟੇਜਾਂ 'ਤੇ ਗਾਇਆ, ਇਹ ਨਹੀਂ ਵੀ ਇੱਥੇ ਪਹਿਲੀ ਸਟੇਜ 'ਤੇ ਕੀਤਾ, ਕਈ ਆਪਣੇ ਲੋਕਲ ਲੈਵਲ 'ਤੇ ਨਹੀਂ, ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਅੱਜ ਸੇਵਾ ਜਿਹੜੀ ਆ ਉਹ ਸਮਾਜ ਪ੍ਰਤੀ ਨਿਭਾ ਰਿਹਾ। ਇਹ ਜਿਹੜੀ ਇਸ਼ੂ ਬਣਾ ਰਿਹਾ, ਇਹ ਗਲਤ ਸੋਚ ਰੱਖ ਬਣਾ ਰਿਹਾ। ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ, ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੀ ਆ ਸਮਰਪਿਤ ਹੁੰਦਾ ਹੋਏ ਉਹਨਾਂ ਕੋਲ ਮਾਫ਼ੀ ਮੰਗਦਾ ਹਾਂ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।